ਉਹਨਾਂ ਨੂੰ ਅਸੀਂ ਤਾਂ ਇਹ ਕਹਿ ਸਕਦੇ ਹਾਂ ਕਿ ਜਾਨਵਰ ਪਾਓ, ਸਕੂਨ ਨਾਲ ਆਪਣੀ ਗਰਦ ਬਹਿ ਕੇ ਜ਼ਿੰਦਗੀ ਬਸਰ ਕਰੋ, ਆਪਣਾ ਕਾਰੋਬਾਰ ਚਲਾਓ। ਠੀਕ ਹੈ ਨਾ, ਐਵੇਂ ਬਾਹਰ ਜਾ ਕੇ ਖੱਜਲ ਹੋਣ ਨਾਲ ਬਿਹਤਰ ਬੰਦਾ ਘਰ ਹੋਵੇ ਆਪਣੇ ਜੀਆਂ ਦੇ ਵਿੱਚ, ਆਪਣੇ ਘਰ ਮਾਂ ਪਿਓ ਕੋਲ। ਠੀਕ ਹੈ, ਕਮ ਸੇ ਕਮ ਬੰਦਾ ਸ਼ਾਮ ਨੂੰ ਆ ਮਾਂ ਪਿਓ ਨੂੰ ਤਾਂ ਵੇਖ ਲੈਂਦਾ ਨਾ, ਕਹਿੰਦੇ ਤੂੰ ਹੋਰ ਕੀ ਚੀਜ਼ ਚਾਹੀਦੀ ਹੈ। ਜਾਨਵਰ ਮੱਝਾਂ ਦੁੱਧ ਵਾਲੀਆਂ ਲੈਣ ਵਾਸਤੇ ਤੁਸੀਂ ਨੀਲੀ ਤੋਂ ਮਾਲ ਲਿਆਓ, ਠੀਕ ਹੈ, ਅਤੇ ਉਘਾੜੇ ਤੋਂ ਲਿਆਓ। ਜੋ ਉਸ ਸਾਈਡ ਦਾ ਮਾਲ ਆਵੇਗਾ ਨਾ, ਉਹ ਇੱਥੇ ਆ ਕੇ ਜਿਹੜਾ ਉੱਥੋਂ 1.5 ਲੱਖ ਦਾ ਖਰੀਦਣਾ ਹੈ, ਇੱਥੇ ਪੌਣੇ 2 ਦਾ ਪੱਕਾ ਹੈ। ਠੀਕ ਹੈ, ਗਰੰਟੀ ਨਾਲ ਅਸੀਂ ਗੱਲ ਕਰਦੇ ਹਾਂ, ਕਿਉਂਕਿ ਅਸੀਂ ਉੱਥੋਂ ਲਿਆਉਂਦੇ ਹਾਂ। ਮੱਝ ਦਾ ਸਿੰਘ ਜਿਹੜੇ ਨੇ ਨਾ, ਉਹ ਛੋਟੇ ਛੋਟੇ ਹੋਣਗੇ, ਬਿਲਕੁਲ ਬਰੀਕ, ਮੱਥਾ ਕਾਲਾ ਹੋਏਗਾ, ਅੱਗੋਂ ਮਲੂਮ ਹੋਏਗੀ ਜਿਵੇਂ ਬਿਲਕੁਲ ਪਤਲੀ ਜੀ। ਮੱਝ ਦੀ ਲੰਬਾਈ ਜ਼ਿਆਦਾ ਹੋਏਗੀ, ਠੀਕ ਹੈ, ਕੱਦ ਮੱਝ ਦਾ ਚੰਗਾ ਹੋਏਗਾ, ਪਿੱਛਾ ਚੌੜਾ ਹੋਏਗਾ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਪਿਆਰੇ ਭਾਈ, ਕੀ ਹਾਲ ਹੈ? ਠੀਕ ਠਾਕ ਸਰ ਜੀ, ਸ਼ੁਕਰ ਅੱਲਾ ਦਾ, ਤੁਸੀਂ ਸੁਣਾਓ ਠੀਕ ਹੋ? ਜੀ ਅੱਲਾ ਦਾ ਸ਼ੁਕਰ। ਆਪ ਦਾ ਕੀ ਨਾਮ ਹੈ? ਇਕਰਾਮ ਯੂਸਫ। ਇਕਰਾਮ ਸਾਹਿਬ, ਕਿੰਨੇ ਸਾਲ ਤੋਂ ਜਾਨਵਰਾਂ ਦਾ ਕੰਮ ਕਰਦੇ ਹੋ ਬੇ? ਸਰ ਜੀ ਸਾਨੂੰ 15 ਸਾਲ ਹੋ ਚੁੱਕੇ ਨੇ। ਮਾਸ਼ਾਅੱਲਾ, ਤੁਹਾਡਾ 15 ਸਾਲ ਦਾ ਤਜਰਬਾ ਕੈਸਾ ਰਿਹਾ, ਇਹ ਕੰਮ ਕੈਸਾ ਹੈ? ਸ਼ੁਕਰ ਅੱਲਾ ਤਾਲਾ ਦਾ ਸਰ, ਰੋਜ਼ੀ ਰੱਬ ਦਿੱਤੀ ਜਾਂਦਾ, ਖਾਈ ਜਾਂਦੇ ਹਾਂ। ਇਹ ਕੰਮ ਕਰਨ ਵਿੱਚ ਆਸਾਨ ਹੈ ਜਾਂ ਕਿ ਮੁਸ਼ਕਲ ਹੈ? ਸਰ ਜੀ, ਕੰਮ ਕਰਨ ਵਾਲਾ ਬੰਦਾ ਹੋਵੇ ਤਾਂ ਮੁਸ਼ਕਲ ਕੋਈ ਵੀ ਨਹੀਂ ਹੈ, ਠੀਕ ਹੈ, ਲੇਕਿਨ ਇਹ ਤਾਂ ਬਹੁਤ ਆਸਾਨ ਕੰਮ ਹੈ ਜੇ ਬੰਦਾ ਕਰੇ ਤਾਂ। ਕੁਛ ਲੋਕ ਦਿਹਾੜੀ ਮਜ਼ਦੂਰੀ ਕਰਦੇ ਨੇ, ਉਹ ਬਿਹਤਰ ਹੈ ਜਾਂ ਕਿ ਆਪਣਾ ਕੰਮ ਬਿਹਤਰ ਹੈ? ਉਹ ਸਰ ਜੀ, ਦਿਹਾੜੀ ਲਾਈ ਅਤੇ ਸ਼ਾਮ ਨੂੰ ਖਾ ਕੇ ਥਾਂ ਰਹੇ, ਸਵੇਰੇ ਉੱਠ ਕੇ ਫਿਰ ਲਾ ਲਏ, ਅਤੇ ਇਹ ਤਾਂ ਮੈਨੂੰ ਰੋਜ਼ ਦਾ ਕੰਮ ਹੈ, ਬੰਦਾ ਸਕੂਨ ਨਾਲ ਲੱਗਾ ਤਾਂ ਰਹਿੰਦਾ, ਬੇਫਿਕਰਾ ਹੋ ਕੇ। ਅਤੇ ਤੁਸੀਂ ਇਹ ਕੰਮ ਤੋਂ ਮੁਤਮਿਨ ਹੋ? ਬਿਲਕੁਲ, ਸ਼ੁਕਰ ਹੈ ਅੱਲਾ ਦਾ। ਆਉਣ ਵਾਲੇ ਵਕਤ ਵਿੱਚ ਇਹ ਜਾਨਵਰਾਂ ਦੇ ਜਿਹੜਾ ਇਜ਼ਾਫਾ ਕਰੋ ਦੇ ਜਾਂ ਕਿ ਕਮੀ ਕਰੋ ਦੇ? ਇਨਸ਼ਾਅੱਲਾ ਵਧਾਵਾਂਗੇ, ਇਜ਼ਾਫਾ ਕਰਾਂਗੇ, ਕਮੀ ਕਾਲੇ ਕਰਨੀ। ਅਤੇ ਇਸ ਟਾਈਮ ਤੁਹਾਡੇ ਕੋਲ ਕਿੰਨੇ ਜਾਨਵਰ ਨੇ? ਸਾਡੇ ਕੋਲ 60-65 ਡੰਗਰ ਹੈ। ਮਾਸ਼ਾਅੱਲਾ, ਅਤੇ ਤੁਸੀਂ ਜਦੋਂ ਇਹ ਕੰਮ ਦਾ ਆਗਾਜ਼ ਕੀਤਾ ਸੀ ਉਦੋਂ ਕਿੰਨੇ ਜਾਨਵਰਾਂ ਤੋਂ ਆਗਾਜ਼ ਕੀਤਾ ਸੀ? 1 ਮੱਝ ਤੋਂ। ਅਤੇ ਇਹ ਜਿਹੜੇ ਜਾਨਵਰ ਇਸ ਟਾਈਮ 60-65 ਨੇ, ਉਹ 1 ਮੱਝ ਤੋਂ ਵਧੇ ਨੇ ਜਾਂ ਕਿ ਕੁਛ ਖਰੀਦੇ ਵੀ ਨੇ? ਉਹ ਸਰ ਜੀ, ਕੁਛ ਖਰੀਦੇ ਨੇ ਵਿੱਚ ਅੰਦਰ, ਠੀਕ ਹੈ, ਲੇਕਿਨ ਜ਼ਿਆਦਾ ਅਸੀਂ ਗਾਰੀ ਪਾਲ ਕੇ ਯਾਨੀ ਕਿ ਜਵਾਨ ਕਰਕੇ ਤਿਆਰ ਕੀਤੇ ਨੇ। ਅੱਛਾ, ਯਾਨੀ ਕਿ ਤੁਸੀਂ ਉਹ ਜਿਹੜੇ ਛੋਟੇ ਬੱਚੇ ਨੇ, ਹਾਂਜੀ, ਉਹਨਾਂ ਨੂੰ ਸੇਲ ਨਹੀਂ ਕਰਦੇ, ਉਹਨਾਂ ਨੂੰ ਤਿਆਰ ਕਰਦੇ ਹੋ ਅਤੇ ਆਪਣੇ ਫਾਰਮ 'ਚ ਇਜ਼ਾਫਾ ਕਰਦੇ ਹੋ? ਹਾਂਜੀ। ਮਾਸ਼ਾਅੱਲਾ, ਕਾਫੀ ਜ਼ਿਆਦਾ ਰੌਣਕ ਲੱਗੀ ਹੈ ਤੁਹਾਡੇ ਇੱਥੇ ਫਾਰਮ 'ਤੇ, ਛੋਟੇ ਬੱਚੇ ਕਾਫੀ ਜ਼ਿਆਦਾ ਤਾਦਾਦ ਵਿੱਚ ਨਜ਼ਰ ਆ ਰਹੇ ਨੇ। ਹਾਂਜੀ ਸਰ ਜੀ। ਅਤੇ ਤੁਹਾਡੇ ਕੋਲ ਕੀ ਕੋਈ ਐਸਾ ਖਾਸ ਗੋਰੇ ਜਾਂ ਤੁਸੀਂ ਇਹਨਾਂ ਨੂੰ ਕੀ ਖਿਲਾਉਂਦੇ ਪਿਲਾਉਂਦੇ ਹੋ ਕਿ ਤੁਹਾਡੇ ਬੱਚੇ ਬਚ ਜਾਂਦੇ ਨੇ? ਕਿਉਂਕਿ ਜ਼ਿਆਦਾ ਫਾਰਮਾਂ 'ਤੇ ਬੱਚੇ ਉਹਨਾਂ ਦੇ ਜ਼ਾਇਆ ਵੀ ਜਾਂਦੇ ਨੇ। ਸਰ ਜੀ, ਅਸੀਂ ਜਾਵਾਂ ਵਾਸਤੇ ਨਾ ਦੂਸਰਿਆਂ ਡੰਗਰਾਂ ਨਾਲ ਵੀ ਭੱਠਿਆਂ ਦੀ ਨਾਂਦੇ, ਅਤੇ ਅਸੀਂ ਜ਼ਿਆਦਾ ਕੇਅਰ ਕਰਦੇ ਹਾਂ ਔਰ ਜ਼ਿਆਦਾ ਇਹਨਾਂ ਨੂੰ ਵੰਡਾ ਪਾਉਂਦੇ ਹਾਂ, ਠੀਕ ਹੈ, ਇਹ ਥੋੜ੍ਹਾ ਟੈਟ ਰਵਣ, ਯਾਨੀ ਕਿ ਦੁੱਧ ਵੀ ਸਹੀ ਛੱਡਣਾ ਹੈ ਅਤੇ ਵੰਡਾ ਵੀ ਪਾਉਣਾ, ਦੋ ਕੰਮ ਅਸੀਂ ਕਰਨੇ ਇਹਨਾਂ ਵਾਸਤੇ। ਇਹ ਤੁਸੀਂ ਇਹਨਾਂ ਨੂੰ ਦੁੱਧ ਕਿੰਨਾ ਪਿਲਾਉਂਦੇ ਹੋ ਅਤੇ ਕਿੰਨੇ ਮਹੀਨੇ ਪਿਲਾਉਂਦੇ ਹੋ? ਅਸੀਂ ਇਹਨਾਂ ਨੂੰ 3 ਮਹੀਨੇ ਦੁੱਧ ਪਿਆਈਦਾ, ਅੱਧਾ ਰੱਖ ਕੇ, ਯਾਨੀ ਕਿ ਅੱਧਾ ਚੋਣਾ ਹੈ ਅਤੇ ਅੱਧਾ ਜਾਵਾਂ ਨੂੰ ਪਿਆਉਣਾ। ਇਹ ਕਿਹੜੇ ਥਣ ਪਿਲਾਉਂਦੇ ਹੋ ਅਤੇ ਕਿਹੜੇ ਛੱਡਦੇ ਹੋ? ਅਗਲੇ 2 ਥਣ ਜਾਵਾਂ ਨੂੰ ਛੱਡੀਦੇ ਨੇ, ਪਿਛਲੇ ਅਸੀਂ ਚੋਣ ਲਈਦੇ ਨੇ। ਇਹ 3 ਮਹੀਨੇ? ਹਾਂਜੀ। ਅਤੇ ਵੰਡਾ ਕਦੋਂ ਸ਼ੁਰੂ ਕਰਦੇ ਹੋ? ਅਸੀਂ ਵੰਡਾ ਜਦੋਂ ਜਾ ਪੱਠੇ ਖਾਣ ਲੱਗ ਪਏ ਨਾਲ ਹੀ ਵੰਡਾ ਸ਼ੁਰੂ ਕਰ ਦੇਈਦਾ। ਇਹ ਜਾ ਕਿੰਨੀ ਕੁ ਉਮਰ 'ਚ ਪੱਠੇ ਖਾਣਾ ਸ਼ੁਰੂ ਕਰ ਦਿੰਦਾ? ਇਹ ਤਕਰੀਬਨ 20-22 ਦਿਨਾਂ 25 ਦਿਨਾਂ 'ਚ ਜਾ ਸਹੀ ਹੈ ਨਾ, ਉਹ ਪੱਠੇ ਖਾਣ ਲੱਗ ਪੈਂਦਾ, ਅਤੇ ਉਂਝ ਜ਼ਿਆਦਾ ਜਿਹੜੇ ਜ਼ਿਆਦਾ ਦੁੱਧ ਪੀਂਦਾ ਉਹ ਫਿਰ ਮਹੀਨੇ ਬਾਅਦ ਪੱਠੇ ਖਾਂਦਾ। ਅਤੇ ਫਿਰ ਤੁਸੀਂ ਜਿਹੜਾ ਜਦੋਂ ਇਹ ਸ਼ੁਰੂ ਕਰਦਾ ਹੈ ਪੱਠੇ ਖਾਣਾ, ਹਾਂਜੀ, ਅਤੇ ਤੁਸੀਂ ਇਹਨੂੰ ਸ਼ੁਰੂ 'ਚ ਕਿੰਨਾ ਵੰਡਾ ਪਾਉਂਦੇ ਹੋ ਅਤੇ ਜ਼ਿਆਦਾ ਤੋਂ ਜ਼ਿਆਦਾ ਫਿਰ ਕਿੰਨਾ ਪਾਉਂਦੇ ਹੋ ਵਕਤ ਗੁਜ਼ਰਨ ਦੇ ਨਾਲ? ਅਸੀਂ ਸਰ ਜੀ ਜਾਨਵਰ ਦੇ ਹਿਸਾਬ ਨਾਲ ਵੰਡਾ ਪਾਉਂਦੇ ਹਾਂ, ਕਿ ਯਾਨੀ ਕਿ ਜਿਹੜਾ ਥੋੜ੍ਹਾ ਜਿਹਾ ਜਾਨਵਰ ਛੋਟਾ ਹੈ ਉਹਨੂੰ ਥੋੜ੍ਹਾ ਜਿਹਾ ਕੰਮ ਪਾ ਲਿਆ, ਠੀਕ ਹੈ, ਲੇਕਿਨ ਮਿਣ ਕੇ ਜਿਹੜਾ ਨਾ ਉਹ ਅਸੀਂ ਕੋਈ ਨਹੀਂ ਐਵੇਂ ਖੁੱਲ੍ਹਾ ਕਰਕੇ ਪਾ ਛੱਡੀਦਾ। ਅਤੇ ਇਸ ਤੋਂ ਇਲਾਵਾ ਹੋਰ ਉਹਨਾਂ ਦੀ ਕੀ ਇਹਤਿਆਤ ਹੁੰਦੀ ਹੈ? ਅੱਜ ਕੱਲ੍ਹ ਸਰਦੀਆਂ ਦਾ ਮੌਸਮ ਹੈ ਅਤੇ ਸਰਦੀਆਂ ਦੇ ਵਿੱਚ ਕੀ ਕੋਈ ਇਹਤਿਆਤੀ ਤਦਾਬੀਰ ਕੀਤੀ ਹਜੇ? ਸਰ ਜੀ, ਇਹਨਾਂ ਵਾਸਤੇ ਅਸੀਂ ਸਪੈਸ਼ਲ ਕਮਰਾ ਬਣਾਇਆ ਹੋਇਆ, ਠੀਕ ਹੈ, ਜੋ ਸ਼ਾਮ ਦੇ ਰੋਜ਼ਾਨਾ ਡਾਉਣੀਆਂ ਨੇ ਉਦੋਂ ਅਸੀਂ ਇਹਨਾਂ ਨੂੰ ਅੰਦਰ ਵਾੜ ਦੇਣਾ, ਠੀਕ ਹੈ, ਸਵੇਰੇ 3 ਜੜੇ ਕੱਢਣਾ, ਠੀਕ ਹੈ, ਅੰਦਰ ਸਫਾਈ ਰੱਖਣੀ ਹੈ ਔਰ ਸੁੱਕ ਪਾ ਕੇ ਜਗ੍ਹਾ ਸੁੱਕਾ ਰੱਖਣਾ, ਜਿਵੇਂ ਆਪੀ ਸੌਣਾ, ਇਸ ਤਰ੍ਹਾਂ ਇਹਨਾਂ ਦਾ ਜਗ੍ਹਾ ਮਾਲ ਤਿਆਰ ਕਰਨੀ ਹੈ। ਇਹ ਜਿਹੜੀਆਂ ਕੱਟੀਆਂ ਨੇ ਉਹ ਤੇ ਮਾਸ਼ਾਅੱਲਾ ਤਿਆਰ ਹੋ ਕੇ ਮੱਝਾਂ ਬਣ ਜਾਂਦੀਆਂ ਨੇ, ਹਾਂਜੀ, ਤੇ ਜਿਹੜੇ ਕੱਟੇ ਨੇ ਉਹਨਾਂ ਦਾ ਫਿਰ ਕੀ ਕਰਦੇ ਹੋ? ਉਹ ਅਸੀਂ ਵੇਚ ਛੱਡੀਦੇ ਨੇ ਸਰ। ਉਹ ਕਿੰਨੀ ਉਮਰ ਦੇ ਸੇਲ ਕਰਦੇ ਹੋ? ਉਹ ਤਕਰੀਬਨ ਅਸੀਂ ਸਾਲ ਦੇ 1.5 ਸਾਲ ਦੇ 2-2 ਸਾਲਾਂ ਦਾ ਕਰੇ ਵੀ ਰੱਖ ਲਈਦੇ ਨੇ। ਜਿਹੜਾ ਸਾਲ ਦਾ ਕੱਟਾ ਉਹ ਕਿੰਨੇ ਦਾ ਸੇਲ ਹੁੰਦਾ ਤੇ ਜਿਹੜਾ 2 ਸਾਲ ਦਾ ਉਹ ਕਿੰਨੇ ਦਾ ਸੇਲ ਹੁੰਦਾ? ਉਹ ਤਾਂ ਸਰ ਹਰ ਹਿਸਾਬ ਕਿਤਾਬ ਹੁੰਦਾ ਜਾਨਵਰ ਦੇ ਹਿਸਾਬ 'ਤੇ, ਠੀਕ ਹੈ, ਜਿੰਨੇ ਜਾਨਵਰ ਦਾ ਯਾਨੀ ਕਿ ਜੇ ਜਾਨਵਰ ਚੰਗਾ ਹੈ, ਤਾਜ਼ਾ ਹੈ, ਮੋਟਾ ਹੈ, ਤਾਂ ਉਹਦੇ ਪੈਸੇ ਉਸ ਹਿਸਾਬ ਨਾਲ ਲੈਣ ਲੱਭਣੇ ਨੇ, ਠੀਕ ਹੈ, ਉਹ ਤਾਂ ਸਾਡੀ ਖੁਰਾਕ ਦੇ ਸਿਰ 'ਤੇ। ਸਾਲ ਦਾ ਵੈਸੇ ਅਮੂਮਨ ਕਿੰਨੇ ਕੁ ਦਾ ਸੇਲ ਹੋਈ ਜਾਂਦਾ? ਸਰ ਜੀ, ਸਾਲ ਦਾ ਤਕਰੀਬਨ 30-35 ਹਜ਼ਾਰ ਦਾ ਲੱਭ ਜਾਵੇ ਵੇਚੜੀ ਦਾ, ਠੀਕ ਹੈ, ਲੇਕਿਨ ਫਿਰ ਵੀ ਕੋਈ ਗਾਹਕ ਚੰਗਾ ਲੱਭ ਜਾਵੇ ਤਾਂ। ਅਤੇ ਜਿਹੜੀਆਂ ਤੁਸੀਂ ਮੱਝਾਂ ਰੱਖੀਆਂ ਨੇ ਇਹ ਕਿਹੜੀ ਨਸਲ ਦੀਆਂ ਰੱਖੀਆਂ ਨੇ? ਇਹ ਸਾਡੇ ਕੋਲ ਸਾਹੀਵਾਲ ਨਸਲ ਮਾਲ ਹੈ, ਠੀਕ ਹੈ, ਸਾਹੀਵਾਲ ਅਤੇ ਜਿਹੜਾ ਨਾ ਉਕਾੜਾ
माशाला काफ़ी तजर्बाकार हो जेडे भाई नवे सिरे तो यह काम का आगाज करना चाहते ने उन्होंने मझा की खरीदारी के मुतलक अच्छी अच्छी कोई गल्ला कोई टिप्स दसो सर जी गल पता है कि है जानवर जो लैना है ना जिला सियालकोट है ठीक है जानवर मझा दुध वाली लैने वास्ते नीली तो माल लियाओ ठीक है तो घाटे तो लियाओ जो उस साइड का माल आएगा ना वो इतने आके जो उतु 1.5 लाख का खरीदना है इतने पौने दो का पक्का है ठीक है गरंटी ना गल करने क्योंकि अभी उतु लिया तो जी नंबर 1 मैम है जी सब तो ज्यादा दुध दिंदी है वह कड़ी नस्ल की है वह नीली दा माल नीली की जी मझ है वो कोई हूबी वो पहचान दसो उनका मझ का सिंग जड़े ने ना वो छोटे छोटे हो गए बिल्कुल बरीक मत्था काला होएगा घुमलूम होएगी जिमें बिल्कुल पतली जी मझ की लंबाई ज्यादा होएगी ठीक है कद मझ का चंगा होएगा पिछा चौड़ा होएगा है नीली की मैं हूबी है हाँ जी तो नीली की मैं किन्ने की मिल जाती है सर जी ये तो उत्थे जाके बंदा पता करना हूँ इतने समझ कदे लिया भी तीन कदे वाला गल जी वो एक गला हो जाती है अच्छा अगर गल कर लो मझ के दुध की तो माशाला एक जी मझ है अगर भाई नीली की नसल भाई जी मर्जी नसल एक मझ जी है वह किन्नी देर दुध हटती है मझ भाजी अपनी खुराक के सिर से ठीक है कि वो जनाब असं उन्होंने खुराक पावे तो सू साल दुध चंगा देगी साल पूरा दे सकती है दुध देगी ठीक है ठीक है तो कोई मझ ना ही तैयार भी हो जाएगी यानी कि साल दुध भी पी लेंगे तो कोई तैयार भी हो जाएगी तो कोई शायद ना पाओगे तो मुड़ उन्हें तैयार की होना फिर उन्हें अच्छा जी मझ अगो नवे दुध नहीं होंगी क्रास नहीं होंगी कर दौ लेकिन ना नवे दुधाने चेक कराई डाक्टर बुलाया बुला के चेक कराया चेक किया मसला की फॉल्ट है डॉक्टर आके दसा ना कि इन्हें नहीं रहना या इन्हें कोई असला मसला अंदर हो जाता है ठीक है फिर उन्होंने वेच छड़ीदा है जो डंगर जानवर अंदर सही हो तो फिर नवे दुद्ध हो जाता है अच्छा माशाला काफी तजर्बा लगते हो पे अगर कोई डंगर नवे दुद्ध नहीं होंगे कोई भी मिसाल तौर पर उन्होंने नवे दुद्ध कराने वास्ते कोई ऐसी खास चीज देनी चाहिए कि नवे दुद्ध हो जाए या हीट च आ जाए ठीक है सर जी गल पता है कि अजकल दौर सब तो ज्यादा हीट जी वंडे आस्ट्रेलियन वंडा जो पा रहे हैं सब तो ज्यादा हीट है उनके तुते मुड़ी हीट वाली कोई चीज नहीं ठीक है लेकिन उस बाद तो अपने तजर्बे ही होंगे बंद कोई कोई चीज दे देना कोई कोई चीज दे देना वो तो अपने तजर्बे से सिर से कट्टा रखे जी असि कट्टे दो रखे होने दो कट्टे हाँ जी हाँ से दो कट्टे काफी ने 60-65 जनों वास्ते बड़े ने के अच्छा माशाला 60-65 जानवर जो ਤੁਹਾਡੇ ਕਿੰਨੇ ਜਾਨਵਰ ਇਸ ਟਾਈਮ ਦੁੱਧ ਦੇ ਰਹੇ ਜੀ ਸਾਡੇ ਜਾਨਵਰ 22 ਡੰਗਰ ਦੁੱਧ ਦੇ ਰਹੇ ਨੇ 22 ਡੰਗਰ ਹਾਂਜੀ ਮਾਸ਼ਾਲਾ ਬਾਈਆਂ ਦਾ ਕਿੰਨਾ ਰੋਜ਼ਾਨਾ ਦੁੱਧ ਜਾ ਰਿਹਾ ਜੀ ਤਕਰੀਬਨ 8.5 9 ਮਣ ਦੁੱਧ ਜਾ ਰਿਹਾ ਟਾਈਮ ਦਾ ਜ਼ਬਰਦਸਤ ਹੋ ਗਿਆ ਆ ਰੋਜ਼ਾਨਾ ਦਾ ਆਪ ਹੀ ਲੈ ਕੇ ਜਾਂਦੇ ਹੋ ਕਿ ਦੁੱਧ ਹੀ ਲੈ ਜਾਂਦਾ ਜੀ ਡੇਲ ਆਪ ਹੀ ਖਰੀਦਾ ਆਪ ਹੀ ਖਰੀਦਾ ਹਾਂਜੀ ਕੀ ਰੇਟ ਦੇ ਰਹੇ ਹੋ ਦੁੱਧ ਦਾ ਅਸੀਂ 100 ਰੁਪਏ ਕਿਲੋ ਦੇ ਰਹੇ ਹਾਂ ਆਪ ਹੀ ਸਰ ਤੁਸੀਂ ਕਿੱਥੇ ਲੈ ਕੇ ਜਾਂਦੇ ਹੋ ਸ਼ਹਿਰ ਕਿਸੇ ਦੁਕਾਨ ਤੇ ਦਿੰਦੇ ਹੋ ਜਾਂ ਘਰਾਂ 'ਚ ਦਿੰਦੇ ਹੋ ਸਰ ਅਸੀਂ ਦੁਕਾਨ ਸ਼ਹਿਰ ਦੁਕਾਨਾਂ ਤੇ ਦਿੰਦੇ ਆ ਸਿਆਲਕੋਟ ਸ਼ਹਿਰ ਹੈ 100 ਰੁਪਏ ਰੇਟ ਮਿਲ ਜਾਂਦਾ ਹੈ ਹਾਂਜੀ ਤੇ ਅਗਰ ਦੁੱਧ ਹੀ ਲੈ ਕੇ ਜਾਏ ਫਿਰ ਕੀ ਰੇਟ ਮਿਲੇਗਾ ਉਹ ਅਸੀਂ 90 ਕਰ ਲਏਗਾ 10 ਰੁਪਏ ਵਿੱਚ ਉਹਨੇ ਵੀ ਬਚਾਣਾ ਹੈ ਆਪਣੇ ਹਰ ਕੋਈ ਪ੍ਰੋਫਿਟ ਨੂੰ ਹੋ ਜਾਂਦਾ ਹੈ ਨਾ ਹਾਂਜੀ ਅੱਛਾ ਮਸ਼ਾਅੱਲਾ ਇੰਨੇ ਜਾਨਵਰ ਨੇ ਤੁਹਾਡੇ ਕੋਲ ਇੰਨੇ ਜਾਨਵਰਾਂ ਵਾਸਤੇ ਤੁਸੀਂ ਪੱਠੇ ਕਿੰਨੇ ਬੀਜੇ ਦੇ ਅਸੀਂ 10 ਕਿੱਲੇ ਪੱਠੇ ਬੀਜੇ ਹੋਏ 10 ਕਿੱਲੇ ਵਿੱਚ ਕਿਹੜੇ ਕਿਹੜਾ ਪੱਠਾ ਬੀਜਿਆ ਅੱਜ ਸਟਾਲਾ ਹੀ ਸਾਰਾ ਸਟਾਲਾ ਹਾਂਜੀ ਪਰਾਲੀ ਕਿੰਨੀ ਜੇ ਪਰਾਲੀ ਸਾਡੇ ਕੋਲ ਹੈ ਕੋਈ 10 ਕਿੱਲਿਆਂ ਦੀ ਕੋਈ 10 ਕਿੱਲਿਆਂ ਦੀ ਉਹ ਤੂੜੀ ਵਗੈਰਾ ਤੂੜੀ ਸਾਡੇ ਖਤਮ ਹੋ ਗਈ ਤੇ ਕਮਾਨ ਸਾਡੇ ਕੋਲ 2 ਕਿਲੋ ਉਹ ਵੀ ਅਸੀਂ ਖਵਾ ਲਿਆ ਉਹ ਵੀ ਖਤਮ ਹੋ ਗਿਆ ਅੱਛਾ ਅੱਜ ਕੱਲ ਸਰਦੀਆਂ ਚੱਲ ਰਹੀਆਂ ਸਰਦੀਆਂ ਕਿਹੜੀ ਖੁਰਾਕ ਇਹਨਾਂ ਨੂੰ ਇਸਤੇਮਾਲ ਕਰਵਾ ਰਹੇ ਹੋ ਮਜਾ ਅਸੀਂ ਇਹਨਾਂ ਨੂੰ ਕਰਾ ਪਾ ਰਹੇ ਹਾਂ ਕਰਾ ਹਾਂਜੀ ਨਾਲ ਫਸਲ ਕਿਹੜੀ ਕਿਹੜੀ ਹੋਈ ਫਸਲ ਬਸ ਪੱਟੇ ਜਾਂ ਹੋਰ ਕੋਈ ਫਸਲ ਹਾਂਜੀ ਪੱਠਿਆਂ ਵਿੱਚ ਸਰ ਕੀ ਹੈ ਇਹ ਸਬਜ਼ ਚਾਰੇ ਵਿੱਚ ਕੀ ਖਿਲਾਉਂਦੇ ਹੋ ਪੇ ਤੇ ਸੁੱਕਾ ਚਾਰਾ ਕਿਹੜਾ ਖਿਲਾ ਰਹੇ ਹੋ ਅਸੀਂ ਸਰ ਸੁੱਕਾ ਜਿਹੜਾ ਪਰਾਲੀ ਹੈ ਰਸ਼ਤਾਲਾ ਹੈ ਬਸ ਸਵੇਰ ਸ਼ਾਮ ਆਈ ਹਾਂਜੀ ਤੇ ਵੰਡਾ ਕਿਹੜਾ ਖਲਾਉਂਦੇ ਹੋ ਵੰਡਾ ਅਸੀਂ ਕਰਾ ਖਲਾ ਰਹੇ ਹਾਂ ਕਰਾ ਤੁਸੀਂ ਕਿੰਜ ਫਿਰ ਇਸਤੇਮਾਲ ਕਰਦੇ ਹੋ ਅਸੀਂ ਸਰ ਜੀ ਨੂੰ ਡਰਮ ਦੇ ਵਿੱਚ ਪਈਦਾ ਬਹਿ ਕੇ ਤੇ ਫਿਰ ਜਦੋਂ ਡੰਗਰ ਬੰਨੀ ਦੇਣ ਪੱਠਿਆਂ ਦੇ ਠੀਕ ਹੈ ਉਸ ਉਦੋਂ ਅਸੀਂ ਦੋ ਬੰਦੇ ਡੰਗਰ ਬੰਨਣ ਵਾਲਾ ਪੈਂਦੇ ਇੱਕ ਨਾਲ ਸਾਡੇ ਜਿਹੜਾ ਵੰਡਾ ਪਾਉਣ ਵਾਲਾ ਪੈਂਦਾ ਬਾਲਟੀਆਂ ਨਾਲ ਤੇ ਕਰਾ ਜਿਹੜਾ ਸਰਦੀਆਂ ਵਿੱਚ ਵੀ ਇਸਤੇਮਾਲ ਹੋਈ ਜਾਂਦਾ ਹੈ ਤੇ ਗਰਮੀਆਂ 'ਚ ਵੀ ਹੁੰਦਾ ਕਿ ਗਰਮੀਆਂ 'ਚ ਫਿਰ ਕਰਾ ਨਹੀਂ ਇਸਤੇਮਾਲ ਕਰਦੇ ਕਰਾ ਗਰਮੀਆਂ 'ਚ ਨਹੀਂ ਇਸਤੇਮਾਲ ਹੁੰਦਾ ਸਿਰਫ ਸਰਦੀਆਂ ਵਿੱਚ ਹਾਂਜੀ ਕਿਉਂਕਿ ਗਰਮ ਜ਼ਿਆਦਾ ਹੁੰਦਾ ਡੰਗਰ ਹੀਟ ਫੜ ਜਾਂਦਾ ਠੀਕ ਹੈ
ਤੁਸੀਂ ਪਹਿਲੇ ਜ਼ਿਕਰ ਕੀਤਾ ਕਿ ਤੁਸੀਂ ਇਹਨਾਂ ਵਾਸਤੇ 10 ਕਿੱਲੇ ਜਿਹੜਾ ਨਾ ਪੱਠੇ ਕਾਸ਼ਤ ਕੀਤੇ ਨੇ ਤੁਹਾਡੀ ਜ਼ਮੀਨ ਆਪਣੀ ਹੈ ਜਾਂ ਕਿ ਠੇਕੇ ਤੇ ਲਈ ਹੈ ਅਸੀਂ ਤਾਂ ਆਪਣੇ ਪੈਲੇ ਸਾਰੀ ਪੈਲੀ ਆਪਣੀ ਹਾਂਜੀ ਮਾਸ਼ਾਅੱਲਾ ਜ਼ਬਰਦਸਤ ਹੋ ਗਿਆ ਅੱਛਾ ਅਗਰ ਕੋਈ ਬੰਦਾ ਨਵਾਂ ਕੰਮ ਸਟਾਰਟ ਕਰਨਾ ਚਾਹੁੰਦਾ ਹੋਵੇ ਠੀਕ ਹੈ ਮੌਸਮ ਦੇ ਵੀ ਸਭ ਕੁਛ ਵੇਖਣਾ ਪੈਂਦਾ ਵੇ ਗਰਮੀ ਵੇਖਣੀ ਪੈਂਦੀ ਸਰਦੀ ਵੇਖਣੀ ਪੈਂਦੀ ਹੈ ਤੁਸੀਂ ਉਹਨੂੰ ਕੀ ਕਰੋਗੇ ਅਗਰ ਪੜ੍ਹੇ ਲਿਖੇ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਤਾਂ ਕਿਸ ਤਰੀਕੇ ਨਾਲ ਕਾਰੋਬਾਰ ਕਰੇ ਉਹਨਾਂ ਵਾਸਤੇ ਇਹ ਹੈ ਕਿ ਉਹ ਪਹਿਲਾਂ ਇੱਕ ਦੋ ਡੰਗਰ ਲਵੇ ਠੀਕ ਹੈ ਉਹਦੇ ਵਿੱਚ ਕੋਈ ਦੋਸਤ ਹੁੰਦੇ ਕੋਈ 2 ਮਹੀਨੇ 4 ਮਹੀਨੇ ਹੁੰਦੇ ਤੇ ਮਿਹਨਤ ਕਰੇ ਉਸ ਜਿਵੇਂ ਜਿਵੇਂ ਮਿਹਨਤ ਕਰੇਗਾ ਉਹਨੂੰ ਆਪਣੇ ਆਪ ਹੀ ਪਤਾ ਚੱਲਦਾ ਜਾਏਗਾ ਠੀਕ ਹੈ ਉਹਦੇ ਵਿੱਚ ਕਿਸੇ ਕੋਲ ਪੁੱਛਣ ਦੀ ਜਾਂ ਸਮਝਣ ਦੀ ਜ਼ਰੂਰਤ ਹੀ ਨਹੀਂ ਹੈ ਅੱਛਾ ਇੰਨੇ ਜਾਣਾਂ ਵਾਸਤੇ ਮੁਲਾਜ਼ਮ ਕਿੰਨੇ ਰੱਖੇ ਜੇ ਅਸੀਂ ਮੁਲਾਜ਼ਮ 2 ਰੱਖੇ ਦੋ ਮੁਲਾਜ਼ਮ ਰੱਖੇ ਨੇ ਹਾਂਜੀ ਠੀਕ ਹੈ ਕੀ ਤਨਖਾਹ ਦੇ ਰਹੇ ਉਹਨਾਂ ਉਹਨਾਂ ਨੇ 20-20 ਹਜ਼ਾਰ ਰੁਪਇਆ ਤਨਖਾਹ 20,000 ਹਾਂਜੀ ਜ਼ਬਰਦਸਤ ਹੋ ਗਿਆ ਅੱਛਾ ਮੁਲਾਜ਼ਮਾਂ ਤੋਂ ਇਲਾਵਾ ਕਿਹੜੀ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਡੰਗਰਾਂ ਦੇ ਕਾਰੋਬਾਰ ਦੇ ਵਿੱਚ ਮੁਸ਼ਕਲ ਕੋਈ ਵੀ ਨਹੀਂ ਹੈ ਕੋਈ ਮੁਸ਼ਕਲ ਨਹੀਂ ਹੈ ਕੋਈ ਵੀ ਭਾਈ ਜਾਨ ਜਾਨਵਰਾਂ ਨੂੰ ਆਮ ਰੂਟੀਨ ਵਿੱਚ ਕੋਈ ਮਿਰਚ ਮਸਾਲਾ ਵੀ ਦਿੰਦੇ ਹੋ ਜੀ ਸਰ ਕਿ ਕਿਹੜੀ ਕਿਹੜੀ ਚੀਜ਼ ਦਿੰਦੇ ਹੋ ਤੇ ਕਿੰਜ ਦਿੰਦੇ ਹੋ ਸਰ ਅਸੀਂ ਮਿਰਚਾਂ ਦੇ ਵੀ ਦਿੰਦੇ ਹਾਂ ਹਰੀਆਂ ਠੀਕ ਹੈ ਉਹਨਾਂ ਦੇ ਵਿੱਚ ਅਦਰਕ ਪਾ ਲਏ ਗੰਢੇ ਪਾ ਲਏ ਨਮਕ ਪਾ ਲਿਆ ਕਾਲਾ ਚਿੱਟਾ ਠੀਕ ਹੈ ਉਹ ਅਸੀਂ ਤਕਰੀਬਨ 8-10 ਦਿਨਾਂ ਬਾਅਦ ਉਹ ਦੇਈਦਾ ਠੀਕ ਹੈ 8-10 ਦਿਨਾਂ ਬਾਅਦ ਤੇਲ ਦੇਈਦਾ ਇਹ ਸਰੋਂ ਦਾ ਤੇਲ ਹਾਂਜੀ ਇਹ ਜਿਹੜਾ ਤੁਸੀਂ ਮਸਾਲੇ ਦਾ ਜ਼ਿਕਰ ਕੀਤਾ ਇਹਨੂੰ ਇਸਤੇਮਾਲ ਕਿੰਜ ਕਰਦੇ ਹੋ ਇਹ ਸਰ ਜੇ ਅਸੀਂ ਕੱਟ ਕੇ ਨਾ ਤੇ ਅਖਬਾਰ ਦੇ ਵਿੱਚ ਪੂੜੀਆਂ ਬਣਾ ਕੇ ਉਹ ਡੰਗਰਾਂ ਨੂੰ ਖਵਾ ਦੇਈਦੇ ਹਾਂ ਤੇ ਜਿਹੜਾ ਸਰੋਂ ਦਾ ਤੇਲ ਹੈ ਉਹ ਸਰਦੀ ਵਿੱਚ ਵੀ ਬਿਹਤਰ ਹੈ ਜਾਂ ਕਿ ਗਰਮੀ 'ਚ ਦਿੰਦੇ ਹੋ ਸਿਰਫ ਉਹ ਸਰਦੀ ਹੋਵੇ ਜਾਂ ਸਰਦੀ ਹੋਵੇ ਜਾਂ ਗਰਮੀ ਹੋਵੇ ਕੋਈ ਟੈਨਸ਼ਨ ਨਹੀਂ ਲੇਕਿਨ ਇੱਕ ਗੱਲ ਦਾ ਧਿਆਨ ਰੱਖਣਾ ਕਿ ਮੌਸਮ ਸਹੀ ਵੇਖ ਕੇ ਕਿਸ ਟਾਈਮ ਦੇਣਾ ਸ਼ਾਮ ਨੂੰ ਕਿ ਦਿਨੇ ਸ਼ਾਮ ਨੂੰ ਦੇ ਕੇ ਡੰਗਰਾਂ ਨੂੰ ਅੰਦਰ ਬੰਨ ਛੱਡੋ ਸਰਦੀਆਂ 'ਚ ਗਰਮੀਆਂ 'ਚ ਜੇ ਦੇਣਾ ਤਾਂ ਸਵੇਰੇ ਜਿਹੜਾ ਡੰਗਰ ਪਿੱਛਾ ਬੰਨਣ ਲੱਗਾ ਉਦੋਂ ਦੇ ਕੇ ਪਿੱਛਾ ਧੁੱਪੇ ਬੰਨ ਦਿਓ ਕੋਈ ਟੈਨਸ਼ਨ ਨਹੀਂ ਜ਼ਬਰਦਸਤ ਮਾਸ਼ਾਅੱਲਾ ਤੁਸੀਂ ਕਾਫੀ ਕੀਮਤੀ ਗੱਲਾਂ ਦੱਸੀਆਂ ਨੇ ਜਿਹੜੇ ਦੋਸਤ ਆ ਵੀਡੀਓ ਵੇਖਦੇ ਨੇ ਪਏ ਉਹਨਾਂ ਦਾ ਸ਼ੌਕ ਹੈ ਡੇਰੀ ਫਾਰਮ ਸ਼ੁਰੂ ਕਰਨਾ ਉਹਨਾਂ ਨੂੰ ਕੋਈ ਅੱਛਾ ਜਿਹਾ ਮਸ਼ਵਰਾ ਦੇ ਦਿਓ ਉਹਨਾਂ ਨੂੰ ਅਸੀਂ ਤਾਂ ਇਹ ਕਹਿ ਸਕਦੇ ਹਾਂ ਕਿ ਜਾਨਵਰ ਪਾਓ ਸਕੂਨ ਨਾਲ ਆਪਣੀ ਗਰਦ ਬਹਿ ਕੇ ਜ਼ਿੰਦਗੀ ਬਸਰ ਕਰੋ ਆਪਣਾ ਕਾਰੋਬਾਰ ਚਲਾਓ ਠੀਕ ਹੈ ਐਵੇਂ ਬਾਹਰ ਜਾ ਕੇ ਖੱਜਲ ਹੋਣ ਨਾਲ ਬਿਹਤਰ ਬੰਦਾ ਘਰ ਹੋਵੇ ਆਪਣੇ ਜੀਆਂ ਦੇ ਵਿੱਚ ਆਪਣੇ ਘਰ ਮਾਂ ਪਿਓ ਕੋਲ ਠੀਕ ਹੈ ਕੰਮ ਸੁ ਕੰਮ ਬੰਦਾ ਸ਼ਾਮ ਨੂੰ ਆ ਮਾਂ ਪਿਓ ਨੂੰ ਤਾਂ ਵੇਖ ਲੈਂਦਾ ਨਾ ਇਹਦੇ ਉੱਤੋਂ ਹੋਰ ਕੀ ਚੀਜ਼ ਚਾਹੀਦੀ ਹੈ ਜੀ ਬਹੁਤ ਸ਼ੁਕਰੀਆ ਭਾਈ ਜਾਨ ਅੱਲਾਹ ਹਾਫਿਜ਼